ਸਤਿਕਾਲ ਜੀ ਬਾਲ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਕਟਾਰੀਆ ਅੱਜ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਪੱਟੀ ਸਿਵਲ ਹਸਪੀਟਲ ਪੱਟੀ ਦੇ ਵਿੱਚ ਮੌਜੂਦ ਹਾਂ ਮੈਂ ਤਸਵੀਰਾਂ ਵਿਖਾਵਾਂਗਾ ਮੇਰੇ ਸੱਜੇ ਬੰਨੇ ਸਿਵਲ ਹਸਪੀਟਲ ਪੱਟੀ ਦੀ ਤੁਹਾਨੂੰ ਤਸਵੀਰ ਅਸੀਂ ਵਿਖਾ ਰਹੇ ਹਾਂ ਅਤੇ ਜਿਸ ਜਗ੍ਹਾ ਦੇ ਉੱਤੇ ਮੈਂ ਖੜ੍ਹਾ ਹਾਂ ਇੱਕ ਬੀਬੀ ਰਜਨੀ ਦੇ ਨਾਂ 'ਤੇ ਚੌਂਕਾ ਚੱਲਦਾ ਹੈ ਜਿਸ ਨੂੰ ਸਵਰਗੀ ਸ਼੍ਰੀ ਵਿਨੋਦ ਕੁਮਾਰ ਪਟਵਾਰੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਇੱਥੇ 10 ਰੁਪਏ ਦੇ ਵਿੱਚ ਢਿੱਡ ਭਰ ਕੇ ਰੋਟੀ ਖਵਾਈ ਜਾਂਦੀ ਹੈ ਅੱਜ ਮਹਿੰਗਾਈ ਦੇ ਜ਼ੋਰ ਦੇ ਵਿੱਚ ਜਿੱਥੇ 10 ਰੁਪਏ ਦੇ ਵਿੱਚ ਬੱਚਾ ਨਹੀਂ ਮੰਨਦਾ ਉੱਥੇ ਇਸ ਬੀਬੀ ਰਜਨੀ ਦੇ ਚੌਂਕੇ ਦੇ ਵਿੱਚ ਢਿੱਡ ਭਰ ਕੇ ਰੋਟੀ ਖਵਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਅਸੀਂ ਬਾਜ ਟੀ ਵੀ 'ਤੇ ਵਿਖਾ ਰਹੇ ਹਾਂ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂਗਾ ਵੀ ਤੁਹਾਨੂੰ ਅੰਦਰਲੀਆਂ ਤਸਵੀਰਾਂ ਵੀ ਵਿਖਾਉਣ ਜਿੱਥੇ 10 ਰੁਪਏ ਦੇ ਵਿੱਚ ਢਿੱਡ ਭਰ ਕੇ ਰੋਟੀ ਖਵਾਈ ਜਾ ਰਹੀ ਹੈ ਚੌਂਕਾ ਬੀਬੀ ਰਜਨੀ ਜੀ ਦਾ ਜਿੱਥੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ 10 ਰੁਪਏ ਦੇ ਵਿੱਚ ਢਿੱਡ ਭਰ ਕੇ ਰੋਟੀ ਖਵਾਈ ਜਾ ਰਹੀ ਹੈ ਇਹ ਚੌਂਕਾ ਸ਼੍ਰੀ ਵਿਨੋਦ ਕੁਮਾਰ ਜੀ ਸ਼ਰਮਾ ਪਟਵਾਰੀ ਜੋ ਇਸ ਸਮੇਂ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਸਵੀਰਾਂ ਵੇਖੋ ਤੁਸੀਂ ਕੰਟਰੋਲ ਕਿਸ ਤਰ੍ਹਾਂ ਹੁੰਦਾ ਇੱਥੇ ਕਿਸ ਤਰ੍ਹਾਂ ਟੋਕਨ ਦੇ ਕੇ ਰੋਟੀ ਖਵਾਈ ਜਾਂਦੀ ਹੈ ਮੈਂ ਤਸਵੀਰਾਂ ਤੁਹਾਨੂੰ ਲਗਾਤਾਰ ਬਾਈ ਟੀ ਵੀ 'ਤੇ ਵਿਖਾ ਰਿਹਾ ਅਤੇ ਗੱਲਬਾਤ ਵੀ ਕਰਾਂਗੇ ਬਾਬੂ ਜੀ ਜੋ ਇੱਥੋਂ ਇਸ ਸਮੇਂ ਇੰਚਾਰਜ ਨੇ ਅਤੇ ਜੋ ਇੱਥੋਂ ਟੋਕਨ ਕੱਟ ਕੇ ਦਿੰਦੇ ਨੇ ਬਾਬੂ ਜੀ ਕੀ ਹਾਲ ਅਤੇ ਕੀ ਨਾਂ ਹੈ ਤੁਹਾਡਾ ਜੀ ਮੇਰਾ ਨਾਮ ਮੰਗਤ ਰਾਮ ਜੀ ਰਿਟਾਇਰਡ ਪ੍ਰਿੰਸੀਪਲ ਪ੍ਰਿੰਸੀਪਲ ਸਾਹਿਬ 10 ਰੁਪਏ ਦੇ ਵਿੱਚ ਚੌਂਕਾ ਚਲਾਇਆ ਜਾ ਰਿਹਾ ਹਾਂਜੀ ਹਾਂਜੀ ਕਿੰਨੇ ਸਮੇਂ ਤੋਂ ਚੱਲ ਰਿਹਾ ਇਹ 2017 ਤੋਂ ਚੱਲ ਰਿਹਾ ਜੀ ਸਾਡਾ ਸਤੰਬਰ 2017 ਤੋਂ ਸ਼ੁਰੂਆਤ ਕਿਵੇਂ ਕੀਤੀ ਗਈ ਸ਼ੁਰੂਆਤ ਇਸੇ ਤਰ੍ਹਾਂ ਪਹਿਲਾਂ ਲੋਕਾਂ ਦੇ ਸਹਿਯੋਗ ਨਾਲ ਹੀ ਸ਼ੁਰੂਆਤ ਕੀਤੀ ਗਈ ਇਹਦੀ ਅਤੇ ਇੱਥੋਂ ਆਹ ਜਿਹੜੀ ਜਗ੍ਹਾ ਵਾ ਇਹ ਹਸਪਤਾਲ ਸਰਕਾਰੀ ਹਸਪਤਾਲ ਦੀ ਹੈ ਇਹਨਾਂ ਨੇ ਜਗ੍ਹਾ ਖੁਸ਼ੀ ਨਾਲ ਇਹ ਦਿੱਤੀ ਹੈ ਅਤੇ ਇੱਥੇ ਚੱਲ ਰਿਹਾ ਉਦੋਂ ਦਾ ਬੜੀ ਬੇਖੂਬੀ ਦਿਨ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਕਿੰਨੇ ਸਮੇਂ ਦਿਨ ਦੇ ਵਿੱਚ ਕਿੰਨੀ ਵਾਰੀ ਰੋਟੀ ਇੱਥੇ ਦਿੱਤੀ ਜਾਂਦੀ ਹੈ ਇੱਥੇ ਵੇਖੋ ਜੀ ਸਵੇਰੇ ਪਹਿਲਾਂ ਨਾਸ਼ਤਾ ਸੁਬਹਾ 12 ਵਜੇ ਤੱਕ ਉਹ ਚੱਲਦਾ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਫਿਰ ਦੁਪਹਿਰ ਦਾ ਖਾਣਾ 12 ਤੋਂ 3 ਵਜੇ ਤੱਕ ਫਿਰ ਰਾਤ ਦੀ ਰੋਟੀ ਜਿਹੜੀ ਆ ਉਹ ਤਕਰੀਬਨ 6 ਵਜੇ ਸ਼ੁਰੂ ਹੋ ਜਾਂਦੀ ਆ 8 ਵਜੇ ਤੱਕ ਉਹ ਚੱਲਦੀ ਆ ਅਤੇ ਜੇ ਆਪਾਂ ਸਬਜ਼ੀ ਦੀ ਗੱਲ ਕਰੀਏ ਡੇਲੀ ਸਬਜ਼ੀ ਚੇਂਜ ਹੁੰਦੀ ਹਾਂ ਸਬਜ਼ੀ ਡੇਲੀ ਅਸੀਂ ਚੇਂਜ ਕਰਦੇ ਹਾਂ ਕਿਉਂਕਿ ਬਚਦੀ ਨਹੀਂ ਸਾਡੇ ਕੋਲ ਇੱਕ ਵੇਲੇ ਦੀ ਬਣੀ ਜਿਹੜੀ ਦੂਜੇ ਵੇਲੇ ਬਚਦੀ ਨਹੀਂ ਦੂਜੇ ਵੇਲੇ ਨਵੀਂ ਬਣਾਉਣੀ ਪੈਂਦੀ ਹੈ ਹਾਂਜੀ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਕਿੰਨੀ ਕੁ ਲੋਕ ਇੱਥੇ ਆ ਕੇ ਰੋਟੀ ਖਾ ਕੇ ਜਾਂਦੇ ਤਕਰੀਬਨ ਸਾਡੀ ਐਵਰੇਜ ਕੱਢੀ ਅਸੀਂ 700-800 ਬੰਦਾ ਰੋਜ਼ ਦਾ ਇੱਥੇ ਰੋਟੀ ਖਾ ਜਾਂਦਾ ਰੋਟੀ ਖਾ ਕੇ ਜਾਂਦਾ ਹਾਂਜੀ ਜੇਕਰ ਗੱਲ ਕਰੀਏ ਸੰਸਥਾ ਦੀ ਜਿਹੜੀ ਚੱਲ ਰਹੀ ਹੈ ਸ਼ੁਰੂਆਤ ਕਿੰਨਾ ਵੱਲੋਂ ਕੀਤੀ ਗਈ ਇਹ ਸਾਡੇ ਪ੍ਰਧਾਨ ਜੀ ਸੀ ਵਿਨੋਦ ਕੁਮਾਰ ਹੋਣੀ ਜੋ ਹੁਣ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਯਾਨੀ ਕਿ ਜੇ ਆਪਾਂ ਇਹ ਕਹਿ ਲਈਏ ਵੀ ਇਹ ਬੋਰਡ ਉਹਨਾਂ ਲਾਇਆ ਸੀ ਹਾਂਜੀ ਹਾਂਜੀ ਅੱਜ ਉਸ ਬੋਰਡ ਦੀ ਛਾਂ ਥੱਲੇ ਬੈਠੇ ਹੋਏ ਆ ਬਿਲਕੁਲ ਜੀ ਅਸੀਂ ਉਹਦੀ ਛਾਂ ਜਿਹੜੀ ਆ ਉਹ ਮਾਣ ਰਹੇ ਹਾਂ ਅਤੇ ਸ਼ੁਰੂਆਤ ਉਹਨਾਂ ਨੇ ਕੀਤੀ ਆ ਕਿਉਂਕਿ ਉਹਨਾਂ ਦਾ ਇਹ ਉਪਰਾਲਾ ਹੈਗਾ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਇਆ ਵੀ ਕੋਈ ਬੰਦਾ ਰਾਤ ਨੂੰ ਜਿਹੜਾ ਭੁੱਖਾ ਨਹੀਂ ਸੌਣਾ ਚਾਹੀਦਾ ਹਰ ਇੱਕ ਜਿਹੜੀ ਪੇਟ ਭਰ ਕੇ ਰੋਟੀ ਮਿਲਣੀ ਚਾਹੀਦੀ ਹੈ ਅਤੇ 10 ਰੁਪਈਏ ਦੇ ਵਿੱਚ ਵੇਖੋ ਇਹ ਥਾਲੀ ਬਣਦੀ ਨਹੀਂ ਇਹ ਨੋ ਪ੍ਰੋਫਿਟ ਨੋ ਲੋਸ ਵਾਲੀ ਗੱਲ ਤੋਂ ਵੀ ਅੱਗੇ ਹੈ ਕੰਮ ਵੀ 10 ਰੁਪਈਏ ਦੇ ਵਿੱਚ ਥਾਲੀ ਤਿਆਰ ਹੀ ਨਹੀਂ ਹੋ ਸਕਦੀ ਜਿੱਦਾਂ ਦੀ ਅਸੀਂ ਇੱਥੇ ਮਤਲਬ ਖਾਣਾ ਦੇ ਰਹੇ ਲੋਕਾਂ ਨੂੰ ਉਹੀ ਤਾਂ ਮੈਂ ਸੋਚ ਰਿਹਾ ਬਾਹਰ ਦੀ ਗੱਲ ਮਾਰਕੀਟ ਦੀ ਕੀਤੀ ਜਾ ਰਹੀ 40 ਰੁਪਏ ਦਾ ਇੱਕ ਪਰੌਂਠਾ ਮਿਲਦਾ ਪਿਆ ਜੀ ਤੁਸੀਂ 10 ਰੁਪਏ ਦੇ ਵਿੱਚ ਪੇਟ ਭਰ ਕੇ ਰੋਟੀ ਦੇਣ ਦੀ ਗੱਲ ਕਰਦੇ ਪਏ ਅਸੀਂ ਵੀ ਖਾਧੀ ਹੈ ਪੇਟ ਭਰ ਕੇ ਰੋਟੀ ਦੀ ਗੱਲ ਕੀਤੀ ਹੈ ਤੁਸੀਂ ਹਾਂਜੀ ਤਾਂ ਤੁਸੀਂ ਅੱਜ ਵੇਖੋ ਅਚਨਚੇ ਦੀ ਆਏ ਸਾਡੇ ਕੋਲ ਅਸੀਂ ਕੁਝ ਸਪੈਸ਼ਲ ਨਹੀਂ ਤੁਹਾਡੇ ਹੱਥ 'ਤੇ ਕੋਈ ਚੀਜ਼ ਬਣਾਈ ਇਸੇ ਤਰ੍ਹਾਂ ਸਾਡਾ ਮੀਨੂ ਆਏ ਰੋਜ਼ ਇਸੇ ਤਰ੍ਹਾਂ ਜਿਹੜੀ ਦਾਲ ਸਬਜ਼ੀ ਰੋਟੀ ਜਿਹੜੀ ਬਣਦੀ ਆ ਪੈਕ ਵੀ ਕਰਾ ਕੇ ਲੈ ਜਾਂਦੇ ਆ ਲੋਕ ਜੇ ਕੋਈ ਪੈਕ ਕਰਾਉਣਾ ਚਾਹੇ ਤਾਂ ਉਹਨੂੰ ਪੈਕ ਵੀ ਕਰਕੇ ਦਿੰਦੇ ਹੋ ਉਹਨੂੰ ਪੈਕ ਵੀ ਕਰਾ ਕੇ ਉਹ ਆਪਣੇ ਘਰ ਜਿਹੜਾ ਵਾ ਉਹ ਲਿਜਾ ਸਕਦਾ ਅਤੇ ਜੇਕਰ ਗੱਲ ਕਰੀਏ ਰੋਜ਼ ਦੀ ਕੋਈ ਘਾਟਾ ਵੀ ਪੈਂਦਾ ਹੋਏਗਾ ਬਿਲਕੁਲ ਜੀ ਘਾਟਾ ਪੈਂਦਾ ਇੰਨੇ 'ਚ 10 ਰੁਪਈਏ ਥਾਲੀ ਤਿਆਰ ਨਹੀਂ ਹੁੰਦੀ ਜੀ ਇਹ ਤਿਆਰ ਹੀ ਨਹੀਂ ਹੁੰਦੀ ਸਾਨੂੰ ਇਹ ਘਾਟਾ ਹੀ ਪੈਂਦਾ ਉੱਦਾਂ ਇਹਦੇ ਜਿਹੜੇ ਦਾਨੀ ਸੱਜਣ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੀ ਸਾਡੀ ਪ੍ਰਤੀਪੂਰਤੀ ਹੁੰਦੀ ਰਹਿੰਦੀ ਘਾਟਾ ਉਹ ਜਿਹੜੇ ਦਾਨੀ ਸੱਜਣ ਉਹੀ ਪੂਰਾ ਕਰਦੇ ਉਹ ਪੂਰਾ ਕਰਦੇ ਆ ਬਾਕੀ ਕੁਦਰਤ ਵੱਲੋਂ ਜਿਹੜੀ ਆ ਕੁਦਰਤ ਦੀ ਵੀ ਮਿਹਰ ਭਰਿਆ ਹੱਥ ਹੁੰਦਾ ਇਹੋ ਜਿਹੇ ਕੰਮਾਂ 'ਤੇ ਉਹ ਕੁਦਰਤ ਚਲਾਉਂਦੀ ਇਹੋ ਜਿਹੇ ਕੰਮ ਦਾਨੀ ਸੱਜਣ ਜਿਹੜੇ ਆ ਉਹਨਾਂ ਨੂੰ ਕੋਈ ਮਤਲਬ ਅਸੀਂ ਕਿਤੇ ਜਾਂਦੇ ਨਹੀਂ ਕਿਸੇ ਕੋਲ ਆਪਣੇ ਆਪ ਹੀ ਹੋਣਗੇ ਇੱਥੇ ਸਾਡੇ ਜਿੰਨਾ ਦਾਨ ਕਰਨਾ ਖੁਦ ਹੀ ਆ ਜਾਂਦੇ ਆਪਾਂ ਅਸੀਂ ਕਿਸੇ ਕੋਲ ਨਹੀਂ ਜਾਂਦੇ ਹਾਂ ਹੁਣ ਵੀ ਅੱਜ ਇੱਕ ਇਹ ਡਾਕਟਰ ਸਾਹਿਬ ਸੀਗੇ ਇੱਥੇ ਮਨਦੀਪ ਸਿੰਘ ਹੱਡੀਆਂ ਵਾਲੇ ਸਾਰੇ ਜਾਣਦੇ ਉਹਨਾਂ ਨੂੰ ਸਾਰਾ ਇਲਾਕਾ ਜਾਣਦਾ ਉਹਨਾਂ ਦੇ ਫਾਦਰ ਸਾਹਿਬ ਦੀ ਬਰਸੀ ਸੀ ਅੱਜ ਅਤੇ ਉਹ ਸਾਨੂੰ ਮਤਲਬ ਜਿਹੜਾ ਡੈਸ਼ਨ ਆਪ ਆ ਕੇ ਇੱਥੇ ਸਵੇਰੇ ਦੇ ਕੇ ਗਏ ਇੱਕ ਮਨ ਨੂੰ ਸਕੂਨ ਮਿਲਦਾ ਨਾ ਵੀ ਅਸੀਂ ਉਸ ਜਗ੍ਹਾ 'ਤੇ ਜਾ ਰਹੇ ਹਾਂ ਜਿੱਥੇ ਲੋਕਾਂ ਨੂੰ ਢਿੱਡ ਭਰ ਕੇ 10 ਰੁਪਏ ਰੋਟੀ 10 ਰੁਪਈਆ ਉਹਨਾਂ ਨੂੰ ਖਾਣਾ ਮਿਲ ਰਿਹਾ ਵਾ ਢਾਬੇ 'ਤੇ ਜਾਈਏ ਨਾ ਉੱਥੇ ਵੀ ਰੁਪਈਆ 100 ਲੱਗ ਜਾਂਦਾ ਭਿੰਨ ਭਾਵ ਦੇ ਇੱਥੇ ਜਿਹੜੀ ਆ ਮਤਲਬ ਭਾਵੇਂ ਕੋਈ ਪੈਕ ਕਰਾ ਕੇ ਲੈ ਜਾਏ ਸ਼ਾਮ ਨੂੰ ਜਿਵੇਂ ਜਿੰਨੀ ਲੇਬਰ ਆ ਉਹ ਇੱਥੋਂ ਚਾਹੁਣ ਆਪ ਖਾ ਜਾਣ ਅਤੇ ਬੱਚਿਆਂ ਵਾਸਤੇ ਘਰ ਪੈਕ ਕਰਾ ਕੇ ਲੈ ਜਾਣ
तीन चार पाँच थालियाँ जिन्हें भी 40 या 50 रुपये जो पैक करा के ले जाने इन्हें जो घर खाना बन नहीं सकता। हाँ जी हाँ मतलब तुम घर पैक करने वास्ते भी दे दें भी लै जाओ कोई प्रॉब्लम? हाँ पैक करके भी जी चलता है कम पैक करा के मतलब ले जाते रात की ताड़ी हैगी पैकिंग ही है रात में जी पैकिंग ही है रात की पैकिंग रात की पैकिंग ही देंगे अं ਇਹ ਹੌਲੇ ਜਿਹੜੀ ਇੱਥੇ ਬਾ ਕੇ ਖਵਾਈ ਦੀ ਆ ਸਵੇਰ ਦਾ ਨਾਸ਼ਤਾ ਇੱਥੇ ਬਾ ਕੇ ਖਵਾਈ ਦਾ। ਜਿਸ ਤਰ੍ਹਾਂ ਇੱਥੇ ਬੰਦੇ ਕੰਮ ਕਰ ਰਹੇ ਨੇ ਅੰਦਰ ਬੀਬੀਆਂ ਵੀ ਕੰਮ ਕਰ ਰਹੀਆਂ ਭੈਣਾਂ ਕੰਮ ਕਰ ਰਹੀਆਂ ਕੁਛ ਵੀਰ ਵੀ ਕੰਮ ਕਰਦੇ ਉਹਨਾਂ ਉਹ ਫਿਰ ਉਹਨਾਂ ਨੂੰ ਤਨਖਾਹ ਦੇ ਦਿੰਦੇ ਉਹ ਕਿ ਸੇਵਾ ਇੱਧਰ ਤਾਂ ਸਰਵ ਕਰਨ ਵਾਸਤੇ ਉੱਧਰ ਸਾਡੇ ਬਣਾਉਂਦੇ ਆ ਜਿਹੜੇ ਪ੍ਰਪੇਅਰ ਕਰਦੇ ਆ ਉਹਨੂੰ ਖਾਣਾ ਉਹ ਵੀ ਜਿਹੜੇ ਆ 15-20 ਬੀਬੀਆਂ ਨੇ ਇੱਥੇ ਕੁਝ ਆਦਮੀ ਨੇ ਉਹ ਤਿਆਰ ਕਰਦੇ ਉਹ ਸਾਰੇ ਮਤਲਬ ਪੇਡ ਨੇ ਉਹਨਾਂ ਨੂੰ ਸੈਲਰੀ ਦੇਈ ਦੀ ਤਨਖਾਹ ਦੇਈ ਦੀ। ਦੇਖੋ ਤਸਵੀਰਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਇੱਕ ਵਾਰੀ ਫਿਰ ਵੀ ਜਿਸ ਤਰ੍ਹਾਂ ਇੱਥੇ चौंका बीबी रजनी के उत्ते रोटी खवाई जा रही है गलबात भी करने की कोशिश करांगे। वीर बैठा हो रोटी खा रहा किन्ने समय तो रोटी खाता है वीर ना भी गल करांगे। वीर जी केड़ा पिंड ताडा? बट्टी है जी। हाँ जी की कहना चाहोगे 10 रुपए रोटी मिलती है? हाँ जी बहुत वधिया जी महाराज इन्हां नूं बहुत बहुत दवे। किन्ना टाइम तो खा रहे हैं इत्थे? काफी 3-4 साल से है। हां जी बड़ी वधिया जी कोच कोच की अपील करना चाहोगे उन लोगों नूं जिस तरह लोग इतने आके रोटी खाते ने बहुत खुश ने क्योंकि ढिड भर के 10 रुपया चौंका बीबी रजनी के रोटी खवाई जा रही। असं भी अपील करांगे भी अगर तुसी भी पट्टी दे विच पहुंचो तो चौंका बीबी रजनी दे विच जरूर पहुंचना अते अपनी नेक कमाई दे विचों इस चौंका बीबी रजनी दे विच रोटी खा के जरूर जाना तां जो तुहानू भी पता लग सके भी बाऊ विनोद कुमार शर्मा जी ने जो ये रुख लगाया सी अज उसकी छां असीं मान रहे हैं। कैमरामैन दे नाल विशाल कटारिया बाई टीवी पट्टी तरनतारन।